ਪਾਵਨ ਯਾਦ ਦੇ ਵਿੱਚ ਜੁੜੇ ਬੈਠੇ ਮੌਜ਼ਿਸ ਹਾਜ਼ਰੀਨ, ਕੋਈ ਰਸਨਾ ਵਾਂਝੀ ਨਾ ਰਹੇ। ਆਓ ਸਭ ਤੋਂ ਪਹਿਲਾਂ ਗੁਰੂ ਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ, ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਪੁਸਤਕ ਦੇ ਵਿੱਚ ਮੈਂ ਵਿਸ਼ਵ ਦੇ ਇੱਕ ਪ੍ਰਸਿੱਧ ਇਤਿਹਾਸਕਾਰ ਫਿਲਾਸਫਰ ਉਸ ਦੀ ਗੱਲ ਸਾਂਝੀ ਕਰਨ ਲੱਗਾ ਹਾਂ ਜਿਸ ਨੇ ਵਿਸ਼ਵ ਪ੍ਰਸਿੱਧ ਕਿਤਾਬ ਲਿਖੀ ਹੈ ਦ ਗੋਸਪਲ ਆਫ ਗੁਰੂ ਗ੍ਰੰਥ ਸਾਹਿਬ। ਲਿਖਾਰੀ ਦਾ ਨਾਮ ਹੈ ਡੰਕਨ ਗ੍ਰੀਨਲੀਸ। ਆਪਣੀ ਕਿਤਾਬ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਰੇ ਪਾਵਨ ਸ਼ਬਦ ਪੰਕਤ ਕਰਦਾ ਉਹ ਲਿਖਦਾ ਹੈ ਕਿ ਆਜ਼ੂ ਬਹੁਤ ਛੋਟੀ ਹੈ, ਆਤਮਿਕ ਦ੍ਰਿਸ਼ਟੀ ਬਹੁਤ ਉੱਚੀ ਹੈ, ਅਤੇ ਕਹਿੰਦਾ ਹੈ ਕਿ ਇਹ ਕਿਹਾ ਜਾ ਸਕਦਾ ਹੈ ਕਿ ਇਸ ਛੋਟੀ ਆਜ਼ੂ ਦੇ ਵਿੱਚ ਗੁਰੂ ਦੇਵ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਨਿਯਮ ਦੇ ਅਨੁਸਾਰ ਵੱਡੇ ਵੱਡੇ ਦੁੱਖੜੇ ਜਿਹੜੇ ਸੀ ਉਹਨਾਂ ਦਾ ਨਿਵਾਰਨ ਕਰ ਦਿੱਤਾ। ਇਹ ਸ਼ਬਦ ਕਿਸੇ ਸਿੱਖ ਇਤਿਹਾਸਕਾਰ ਦੇ ਨਹੀਂ ਬਲਕਿ ਅੰਗਰੇਜ਼ ਇਤਿਹਾਸਕਾਰ ਦੇ ਨੇ। ਗੁਰੂ ਸਾਹਿਬ ਦੀ ਸ਼ਖਸੀਅਤ ਦੇ ਬਾਰੇ ਇਹ ਵੀ ਗੱਲ ਕਹਿਣੀ ਬੜੀ ਜ਼ਰੂਰੀ ਹੈ ਕਿ ਸਾਡੇ ਭਾਰਤ ਦੇ ਇਤਿਹਾਸਕਾਰਾਂ ਨੇ ਬਹੁਤ ਨਾ ਇਨਸਾਫੀ ਕੀਤੀ ਹੈ। ਗੁਰੂ ਹਰ ਰਾਏ ਸਾਹਿਬ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਇਤਿਹਾਸ ਦੇ ਵਿੱਚ ਜਿਹੜਾ ਇਹਨਾਂ ਦਾ ਆਪਣਾ ਇੱਕ ਵਿਲੱਖਣ ਔਰ ਵਿਸ਼ੇਸ਼ ਅਸਥਾਨ ਹੈ, ਅਸੀਂ ਸਿੱਖ ਨਜ਼ਰੀਏ ਦੇ ਵਿੱਚ ਤਾਂ ਇਸ ਨੂੰ ਸਮਝਦੇ ਹਾਂ ਪਰ ਹਿੰਦੁਸਤਾਨ ਦੇ ਇਤਿਹਾਸਕਾਰਾਂ ਦੇ ਵਿੱਚ ਗੁਰੂ ਸਾਹਿਬ ਦੀ ਪ੍ਰਾਪਤੀ, ਆਤਮਿਕ ਉਸ ਆਤਮਿਕ ਦ੍ਰਿਸ਼ਟੀ ਔਰ ਇਤਿਹਾਸਕ ਪ੍ਰਤੀਪੇਖ ਦੇ ਵਿੱਚ ਇੰਨਾ ਜ਼ਿਆਦਾ ਨਫ਼ਰਤ ਭਰਿਆ ਅਹਿਸਾਸ ਹੈ ਕਿ ਹਿੰਦੁਸਤਾਨ ਦੇ ਕੁਝ ਇਤਿਹਾਸਕਾਰਾਂ ਨੇ ਇਸ ਨੂੰ ਅਨਈਵੈਂਟਫੁੱਲ ਪੀਰੀਅਡ ਆਫ ਸਿੱਖਸ ਕਿਹਾ ਹੈ ਕਿ ਉਹ ਸਮਾਂ ਜਿਹੜਾ ਘਟਨਾ ਤੋਂ ਰਹਿਤ ਹੈ। ਪਰ ਇੰਜ ਨਹੀਂ ਹੈ, ਇਹ ਗੱਲ ਵੱਖਰੀ ਹੈ ਕਿ ਸਾਡੇ ਸਰੋਤਾਂ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਜਾਣਕਾਰੀ ਦਾ ਅਭਾਵ ਹੈ, ਜਾਣਕਾਰੀ ਘੱਟ ਹੈ। ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦੇ। ਇੱਕ ਸਰੋਤ ਦੇ ਵਿੱਚੋਂ ਸਾਰੀ ਜਾਣਕਾਰੀ ਵਾਕਿਆ ਹੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਪਰ ਉਸ ਸਮੇਂ ਦੇ ਜਿੰਨੇ ਵੀ ਸਮਕਾਲੀ ਸਰੋਤ ਨੇ ਜੇਕਰ ਉਹਨਾਂ ਦਾ ਅਧਿਐਨ ਕੀਤਾ ਜਾਵੇ ਤੇ ਮੇਰੇ ਖਿਆਲ ਦੇ ਨਾਲ ਇੱਕ ਘੰਟਾ, ਇੱਕ ਦਿਨ ਨਹੀਂ ਕਈ ਦਿਨ ਗੁਰੂ ਸਾਹਿਬ ਦੇ ਜੀਵਨ, ਉਹਨਾਂ ਦੀ ਵਿਚਾਰਧਾਰਾ, ਇਤਿਹਾਸ ਦੇ ਵਿੱਚ ਜੋ ਉਹਨਾਂ ਦਾ ਅਸਥਾਨ ਹੈ ਅਤੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਰਗ ਦੇ ਉੱਪਰ ਚੱਲਦਿਆਂ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਕਾਰਜ ਨੂੰ ਸੰਪੂਰਨ ਕੀਤਾ ਹੈ, ਅਨੇਕਾਂ ਦਿਨ ਇਸ ਦੇ ਉੱਪਰ ਵਿਚਾਰ ਕੀਤੀ ਜਾ ਸਕਦੀ ਹੈ। ਗੁਰੂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ, ਅਸੀਂ ਉਹਨਾਂ ਦੇ ਬਾਰੇ ਇੱਕ ਸ਼ਬਦ ਵਰਤਦੇ ਹਾਂ ਬਾਲਾ ਪ੍ਰੀਤਮ। ਇਹ ਸ਼ਬਦ ਬੜਾ ਅਹਿਮ ਹੈ
ਕਿਉਂਕਿ ਸੁਭਾਵਿਕ ਤੌਰ 'ਤੇ ਜਦੋਂ ਅਸੀਂ ਜ਼ਬਾਨ ਤੋਂ ਸ਼ਬਦ ਕੱਢਦੇ ਹਾਂ ਤਾਂ ਅਕਸਰ ਇੰਝ ਲੱਗਦਾ ਹੈ ਕਿ ਇਹ ਸ਼ਬਦ ਗੁਰੂ ਸਾਹਿਬ ਦੀ ਵਡਿਆਈ ਦੇ ਵਿੱਚ ਹੈ, ਇੱਕ ਵਿਸ਼ੇਸ਼ਣ ਦੇ ਤੌਰ 'ਤੇ ਅਸੀਂ ਵਰਤ ਦਿੰਦੇ ਹਾਂ। ਪਰ ਇਸ ਸ਼ਬਦ ਦਾ ਪਿਛੋਕੜ ਵੇਖੀਏ ਤਾਂ ਬਹੁਤ ਉੱਚਾ ਹੈ। ਬਾਲਾ, ਬਾਲਾ ਸ਼ਬਦ ਬੱਚੇ ਦੇ ਵਾਸਤੇ ਵਰਤਿਆ ਜਾਂਦਾ ਹੈ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਿੱਧਾਂ ਦੇ ਨਾਲ ਚਰਚਾ ਕਰਨ ਗਏ ਨੇ ਤਾਂ ਉਦੋਂ ਗੁਰੂ ਨਾਨਕ ਸਾਹਿਬ ਬਾਲਾ ਨਹੀਂ ਸੀ, ਬੱਚੇ ਨਹੀਂ ਸੀ, ਪਰ ਸਿੱਧ ਸੋਚਦੇ ਸੀ ਕਿ ਅਸੀਂ ਆਤਮਕ ਗਿਆਨ ਕਰਕੇ ਬੜੇ ਵਡੇਰੇ ਹਾਂ ਅਤੇ ਗੁਰੂ ਨਾਨਕ ਸਾਹਿਬ ਦਾ ਗਿਆਨ ਸਾਡੇ ਬਰਾਬਰ ਨਹੀਂ ਹੋ ਸਕਦਾ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਬਾਲਾ ਕਿਹਾ। ਕਵਣ ਸ਼ਕਤ ਤੁਹੇ ਇਹਾਂ ਲੈ ਆਈ, ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਬਾਲਾ ਕਹਿ ਕੇ ਸਵਾਲ ਕੀਤਾ ਹੈ। ਸੋ ਬਾਲਾ ਦਾ ਸੰਬੰਧ ਆਯੂ ਦੇ ਨਾਲ ਜ਼ਰੂਰ ਹੈ, ਪਰ ਜਦੋਂ ਨਾਲ ਪ੍ਰੀਤਮ ਸ਼ਬਦ ਲੱਗ ਜਾਂਦਾ ਹੈ ਅਤੇ ਰੂਹਾਨੀਅਤ ਦੇ ਉਸ ਦੇ ਵਿੱਚ ਦੈਵੀ ਪ੍ਰਤੀਰੂਪ ਦੇ ਵਿੱਚ ਜਿਹੜਾ ਪ੍ਰੀਤਮ ਸ਼ਬਦ ਹੈ ਉਹ ਅਧਿਆਤਮਕ ਜਗਤ ਦੀ ਸਭ ਤੋਂ ਉੱਚੀ ਪਦਵੀ ਹੈ ਕਿ ਆਪਣਾ ਇਸ਼ਟ ਸਵੀਕਾਰ ਕਰ ਲੈਣਾ, ਆਪਣਾ ਪ੍ਰੀਤਮ ਸਵੀਕਾਰ ਕਰ ਲੈਣਾ। ਗੁਰਬਾਣੀ ਦੇ ਵਿੱਚ ਪ੍ਰੀਤਮ ਸ਼ਬਦ ਪਰਮਾਤਮਾ ਦੇ ਪ੍ਰਤੀ ਵਰਤਿਆ ਗਿਆ, ਮਿਲ ਮੇਰੇ ਪ੍ਰੀਤਮਾ ਜੀਓ ਹਉ ਦੁੱਧ ਬਿਨ ਖਰੀ ਨਿਮਾਣੀ। ਸੋ ਇੱਥੇ ਦੋ ਜਿਹੜੇ ਸ਼ਬਦ ਨੇ ਉਹ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਬਿਆਨ ਕਰ ਦਿੰਦੇ ਨੇ ਕਿ ਆਯੂ ਬੇਸ਼ੱਕ ਬਹੁਤ ਛੋਟੀ ਹੈ ਪਰ ਅਧਿਆਤਮਕ ਰੁਤਬਾ ਜਿਹੜਾ ਹੈ ਉਹ ਉਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੀ ਔਰ ਹੈ ਵੀ ਉਹੀ, ਕਿਉਂਕਿ ਸਾਡੀ ਪਾਵਨ ਬਾਣੀ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸਰੀਰ ਗੁਰੂ ਨਹੀਂ, ਜੋਤ ਗੁਰੂ ਹੈ। ਅਤੇ ਭੱਟ ਸਾਹਿਬਾਨ ਨੇ ਬੜਾ ਪਿਆਰਾ ਸ਼ਬਦ ਵੀ ਫਰਮਾਇਆ ਹੈ ਪਾਵਨ ਗੁਰਬਾਣੀ ਦੇ ਵਿੱਚ, ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਜੋਤ ਉਹੀ ਹੈ, ਕਾਇਆ ਸਰੀਰ ਹੈ, ਸਰੀਰ ਬਦਲ ਰਿਹਾ ਹੈ ਅਤੇ ਸਰੀਰ ਦੇ ਵਿੱਚ ਉਸ ਜੋਤ ਦਾ ਨਿਵਾਸ ਇੱਕ ਦਿਨ ਰਹੇ ਜਾਂ 100 ਸਾਲ ਰਹੇ, ਜੋਤ ਦੀ ਅਹਿਮੀਅਤ ਜੋਤ ਕਰਕੇ ਹੈ ਨਾ ਕਿ ਸਰੀਰ ਦੇ ਕਰਕੇ। ਔਰ ਇਤਿਹਾਸ ਦੇ ਵਿੱਚ ਅਨੇਕਾਂ ਐਸੀਆਂ ਮਿਸਾਲਾਂ ਮਿਲ ਜਾਣਗੀਆਂ ਜਦੋਂ ਬਹੁਤ ਛੋਟੇ ਬਾਲਾਂ ਨੇ, ਭਾਵੇਂ ਕਿ ਉਹਨਾਂ ਦੇ ਕੋਲ ਗੁਰਤਾ ਗੱਦੀ ਨਹੀਂ, ਉਹਨਾਂ ਦੇ ਕੋਲ ਗੁਰੂ ਨਾਨਕ ਦੀ ਜੋਤ ਨਹੀਂ, ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਦੋਂ ਹਿਰਦੇ ਦੇ ਵਿੱਚ ਸਮਾ ਗਈ ਅਤੇ ਸੱਚ ਜਾਣਿਓ ਉਹਨਾਂ ਨੂੰ ਵੀ ਆਜੂ ਦੇ ਪੱਧਰ ਤੋਂ ਉਸ ਮਿਆਰ ਤੋਂ ਉੱਚਾ ਚੁੱਕ ਕੇ ਗੁਰੂ ਸਾਹਿਬ ਨੇ ਆਤਮਿਕ ਦ੍ਰਿਸ਼ਟੀ ਦੇ ਮਿਆਰ ਦੇ ਵਿੱਚ ਲੈ ਆਉਂਦਾ। ਮਿਸਾਲ ਹੈ ਗੁਰੂ ਨਾਨਕ ਦੇਵ ਮਹਾਰਾਜ ਪ੍ਰਚਾਰਕ ਦੌਰੇ ਦੇ ਦੌਰਾਨ ਅੰਮ੍ਰਿਤਸਰ ਦੇ ਕੋਲ ਕੱਥੂ ਨੰਗਲ ਗਏ ਨੇ ਅਤੇ ਉੱਥੇ 11 ਸਾਲ ਦੇ ਬੱਚੇ ਨੇ ਇੱਕ ਸਵਾਲ ਕੀਤਾ ਹੈ। ਸਵਾਲ ਬੜਾ ਅਹਿਮ ਹੈ। ਸਵਾਲ ਇਹ ਹੈ ਕਿ ਬਾਬਾ ਉਮਰ ਛੋਟੀ ਹੈ, ਕੀ ਮੈਂ ਗਿਆਨ ਤੋਂ ਬਿਨਾਂ ਹੀ ਸੰਸਾਰ ਤੋਂ ਚਲਾ ਜਾਵਾਂਗਾ? ਗੁਰੂ ਨਾਨਕ ਦੇਵ ਮਹਾਰਾਜ ਨੇ ਜਵਾਬ ਨਹੀਂ ਦਿੱਤਾ। ਅੱਗੋਂ ਮੋੜਵਾਂ ਸਵਾਲ ਕੀਤਾ ਹੈ, ਬੇਟਾ ਤੇਰਾ ਨਾਮ ਕੀ ਹੈ? ਪਾਤਸ਼ਾਹ ਮੇਰਾ ਨਾਮ ਬੂੜਾ ਹੈ। ਅਤੇ ਪਾਤਸ਼ਾਹ ਨੇ ਕਿਹਾ, ਨਾਮ ਬੂੜਾ ਹੈ, ਸਵਾਲ ਬੁੱਢਿਆਂ ਵਾਲਾ ਹੈ, ਪਰ ਤੇਰੇ ਮਨ ਦੇ ਵਿੱਚ ਇਸ ਸਵਾਲ ਨੇ ਜਨਮ ਕਿਉਂ ਲਿਆ? ਆਜੂ ਤਾਂ ਬਹੁਤ ਛੋਟੀ ਹੈ, ਸਵਾਲ ਤੇਰੀ ਆਜੂ ਦੇ ਪੱਧਰ ਦਾ ਨਹੀਂ, ਸਵਾਲ ਬਹੁਤ ਉੱਚਾ ਹੈ, ਤੇਰੇ ਮਨ ਦੇ ਵਿੱਚ ਇਹ ਸਵਾਲ ਪੈਦਾ ਕਿਵੇਂ ਹੋਇਆ? ਬੱਚੇ ਦਾ ਜਵਾਬ ਸੁਣਿਓ, ਜਿਹੜੇ ਬਾਅਦ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਕਹਿ ਕੇ ਸਤਿਕਾਰੇ ਗਏ।
ਆਜੂ ਬਹੁਤ ਛੋਟੀ ਸੀ, ਸਵਾਲ ਆਜੂ ਤੋਂ ਬਹੁਤ ਵੱਡਾ ਸੀ, ਸਵਾਲ ਦੇ ਪਿੱਛੇ ਕਾਰਨ ਉਹਦੇ ਤੋਂ ਵੀ ਵੱਡਾ ਸੀ। ਬਾਬਾ ਸਾਡੇ ਪਿੰਡ ਦੇ ਵਿੱਚ ਮੁਗਲ ਫੌਜੀਆਂ ਨੇ ਉਤਾਰਾ ਕੀਤਾ ਸੀ ਅਤੇ ਉਹਨਾਂ ਦੇ ਘੋੜਿਆਂ ਨੇ ਜ਼ਿਮੀਂਦਾਰਾਂ ਦੀਆਂ ਫਸਲਾਂ ਖਾ ਲਈਆਂ। ਉਹਨਾਂ ਡਾਢਿਆਂ ਨੂੰ ਕੌਣ ਰੋਕੇ? ਜਿਹੜੀਆਂ ਛੋਟੀਆਂ ਫਸਲਾਂ ਸੀ ਉਹ ਵੀ ਖਾ ਲਈਆਂ, ਜਿਹੜੀਆਂ ਵੱਡੀਆਂ ਸੀ ਉਹ ਵੀ ਖਾ ਲਈਆਂ। ਅਤੇ ਜਿਉਂ ਜਿਉਂ ਮੁਗਲਾਂ ਦੇ ਘੋੜੇ ਇਹਨਾਂ ਫਸਲਾਂ ਨੂੰ ਬਰਬਾਦ ਕਰਦੇ ਸੀ, ਮੇਰੇ ਮਨ ਦੇ ਅੰਦਰ ਸਵਾਲ ਪੈਦਾ ਹੁੰਦਾ ਸੀ ਕਿ ਅਸੀਂ ਵੀ ਤਾਂ ਪਰਮਾਤਮਾ ਦੀ ਖੇਤੀ ਹਨ, ਪਤਾ ਨਹੀਂ ਪਰਮਾਤਮਾ ਨੇ ਕੱਚੀ ਵੱਢਣੀ ਹੈ ਕਿ ਪੱਕੀ ਵੱਢਣੀ ਹੈ, ਪਤਾ ਨਹੀਂ ਕਦੋਂ ਸੰਸਾਰ ਤੋਂ ਚਲੇ ਜਾਣਾ ਹੈ, ਕੀ ਆਤਮਿਕ ਗਿਆਨ ਤੋਂ ਹੀਣਾ ਹੀ ਇਸ ਸੰਸਾਰ ਤੋਂ ਚਲਾ ਜਾਵਾਂਗਾ। ਅਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਗੱਲ ਦੇ ਨਾਲ ਲਾ ਕੇ ਜਿਹੜੇ ਸ਼ਬਦ ਕਹੇ ਸੀ ਉਹ, ਬੂੜਿਆ ਤੂੰ ਬੂੜਾ ਨਹੀਂ, ਤੂੰ ਤਾਂ ਬੁੱਢਾ ਹੈ, ਅਤੇ ਆਤਮ ਦ੍ਰਿਸ਼ਟੀ ਤੇਰਾ ਗਿਆਨ ਬਹੁਤ ਉੱਚਾ ਹੋਵੇਗਾ। ਸੋ ਇਸ ਗੱਲ ਨੇ ਸਪਸ਼ਟ ਕਰ ਦਿੱਤਾ ਕਿ ਸਿੱਖ ਧਰਮ ਦੇ ਵਿੱਚ ਗਿਆਨ ਉਚੇਰਾ ਹੈ, ਗਿਆਨ ਉੱਚਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਥਾਏ ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਵੇਖਦੇ ਹਾਂ ਤਾਂ ਕੁਝ ਇਤਿਹਾਸਿਕ ਤੱਥ ਸਾਂਝੇ ਕਰਨੇ ਬਹੁਤ ਜ਼ਰੂਰੀ ਨੇ। ਗੁਰਦੇਵ ਪਾਤਸ਼ਾਹ ਦਾ ਪ੍ਰਕਾਸ਼ ਗੁਰੂ ਹਰ ਰਾਏ ਸਾਹਿਬ ਜੀ ਦੇ ਘਰ ਹੋਇਆ, ਪਰ ਸਾਡੇ ਕੁਝ ਸਰੋਤਾਂ ਨੇ ਸਾਡੇ ਇਤਿਹਾਸ ਦਾ ਵਿਗਾੜ ਵੀ ਬਹੁਤ ਕੀਤਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿੰਨੇ ਵੀ ਸਾਡੇ ਇਤਿਹਾਸ ਦੇ ਸਰੋਤ ਨੇ ਉਹਨਾਂ ਨੂੰ ਪੜ੍ਹਨ ਦੇ ਵਾਸਤੇ ਸਾਨੂੰ ਇਤਿਹਾਸ ਨੂੰ ਕਈ ਕਸਵੱਟੀਆਂ ਦੇ ਵਿੱਚੋਂ ਲਗਾਉਣਾ ਪੈਂਦਾ ਹੈ। ਮਿਸਾਲ ਦੇ ਤੌਰ 'ਤੇ ਗੁਰੂ ਹਰ ਰਾਏ ਸਾਹਿਬ ਦਾ ਆਨੰਦ ਕਾਰਜ ਅਨੂਪ ਨਗਰ, ਜਿਸ ਨੂੰ ਬੁਲੰਦ ਸ਼ਹਿਰ ਵੀ ਕਿਹਾ ਜਾਂਦਾ ਹੈ, ਉੱਥੋਂ ਦੇ ਰਹਿਣ ਵਾਲੇ ਦਇਆ ਰਾਮ ਜੀ ਦੀ ਬੇਟੀ ਸੁਲੱਖਣੀ ਦੇ ਨਾਲ ਹੋਇਆ। ਇਸ ਬੀਬੀ ਦਾ ਨਾਮ ਇਤਿਹਾਸ ਦੇ ਵਿੱਚ ਕੋਟ ਕਲਿਆਣੀ ਵੀ ਮਿਲਦਾ ਹੈ ਅਤੇ ਵਿਆਹ ਦੇ ਸਮੇਂ ਆਜੂ 11 ਜਾਂ 12 ਸਾਲ, ਇਸ ਗੱਲ ਦੇ ਸਾਨੂੰ ਇਤਿਹਾਸਿਕ ਪ੍ਰਮਾਣ ਮਿਲਦੇ ਨੇ। ਜਦੋਂ ਵਿਆਹ ਤੋਂ ਬਾਅਦ ਪੇਕੇ ਘਰ ਤੋਂ ਸਹੁਰੇ ਘਰ ਦੇ ਵਿੱਚ ਆਏ ਅਤੇ ਨਾਮ ਰੱਖਿਆ ਗਿਆ ਕਿਸ਼ਨ ਕੌਰ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਾਤਾ ਜੀ। ਔਰ ਇਤਿਹਾਸਕਾਰਾਂ ਨੇ ਇੱਕ ਏਡੀ ਵੱਡੀ ਗਲਤ ਬਿਆਨੀ ਕਰ ਦਿੱਤੀ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਦਇਆ ਰਾਮ ਸੀ ਉਸ ਦੀਆਂ 7 ਬੱਚੀਆਂ ਸੀ ਅਤੇ ਜਦੋਂ ਗੁਰੂ ਹਰ ਰਾਏ ਸਾਹਿਬ ਦੇ ਨਾਲ ਵੱਡੀ ਦਾ ਵਿਆਹ ਹੋਇਆ ਅਤੇ ਸਾਰੀਆਂ ਨੇ ਪ੍ਰਣ ਕਰ ਲਿਆ ਕਿ ਅਸੀਂ ਵੀ ਗੁਰੂ ਹਰ ਰਾਏ ਦੇ ਨਾਲ ਵਿਆਹ ਕਰਾਉਣਾ ਹੈ, ਅਤੇ ਗੁਰੂ ਹਰ ਰਾਏ ਸਾਹਿਬ ਨੇ 7 ਵਿਆਹ ਕਰਾਏ। ਜੇਕਰ ਇੱਕ ਦੋ ਸਾਲ ਦਾ ਫਰਕ ਵੀ ਵੇਖੀਏ ਤਾਂ ਸਭ ਤੋਂ ਛੋਟੀ ਬੱਚੀ ਦੀ ਉਮਰ 1.5 ਸਾਲ ਬਣਦੀ ਹੈ, ਕਿ 1.5 ਸਾਲ ਦੀ ਬੱਚੀ ਦੇ ਮਨ ਦੇ ਵਿੱਚ ਵਿਆਹ ਦਾ ਸੰਕਲਪ ਆ ਸਕਦਾ ਹੈ? ਇਹ ਕੇਵਲ ਅਤੇ ਕੇਵਲ ਸਾਡੇ ਇਤਿਹਾਸ ਨੂੰ ਕਲੰਕਿਤ ਕਰਨ ਦੇ ਵਾਸਤੇ, ਸਾਡੇ ਇਤਿਹਾਸ ਦੀਆਂ ਧਾਰਨਾਵਾਂ ਨੂੰ ਬਰਬਾਦ ਕਰਨ ਦੇ ਵਾਸਤੇ ਇਹ ਕੁਝ ਇਹਨਾਂ ਸਰੋਤਾਂ ਦੇ ਵਿੱਚ ਮਿਲਾਵਟ ਕੀਤੀ ਗਈ। ਸੋ ਅਸੀਂ ਇਸ ਗੱਲ ਦੇ ਉੱਪਰ ਨਿਸ਼ਚਾ ਰੱਖੀਏ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਨਮ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਗੁਰੂ ਹਰ ਰਾਏ ਸਾਹਿਬ ਦੇ ਘਰ ਹੋਇਆ। ਜਨਮ ਤਾਰੀਖ ਦੇ ਬਾਰੇ ਜਿਹੜੇ ਸਾਡੇ ਪੁਰਾਤਨ ਸਰੋਤ ਨੇ ਉਹ 9, 10 ਦੱਸਦੇ ਨੇ, ਕੁਝ ਇਤਿਹਾਸਿਕ ਸਰੋਤਾਂ ਦੇ ਵਿੱਚ 8 ਦਾ ਜ਼ਿਕਰ ਹੈ। ਇਹ ਤਾਰੀਖਾਂ ਜਿਹੜੀਆਂ ਨੇ ਇਹ ਵੱਖ ਵੱਖ ਨੇ, ਅਤੇ ਜੇ ਇਹਨਾਂ ਹੀ ਬਿਕਰਮੀ ਤਾਰੀਖਾਂ ਨੂੰ ਅਸੀਂ ਕਨਵਰਟ ਕਰੀਏ ਤਾਂ 23 ਜਿਹੜੀ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਤਾਰੀਖ ਜਿਹੜੀ ਉਹ ਬਣਦੀ ਹੈ। ਇਹਨਾਂ ਤੋਂ 6 ਸਾਲ ਪਹਿਲਾਂ ਇਸੇ ਹੀ ਘਰ ਦੇ ਵਿੱਚ
ਇੱਕ ਬੱਚੇ ਦਾ ਹੋਰ ਜਨਮ ਹੋ ਚੁੱਕਾ ਹੈ, ਉਹ ਹੈ ਰਾਮ ਰਾਏ। ਰਾਮ ਰਾਏ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਕੋਈ 6.25 ਸਾਲ ਵੱਡਾ ਸੀ।